ਮੇਰਾ ਭਰਾ ਰਵਨੀਤ ਬਿੱਟੂ ਕਿਸਮਤ ਦਾ ਧਨੀ ਆ ਅਤੇ ਦੇਖੋ ਹਰ ਕੇ ਵੀ ਯਾਨੀ ਮੰਤਰੀ ਮੰਡਲ ਵਿੱਚ ਚਲਿਆ ਗਿਆ ਵਾ ਅਤੇ ਟੀਟੂ ਬਾਣੀਆ ਰਵਨੀਤ ਬਿੱਟੂ ਮੇਰੇ ਭਰਾ ਨੂੰ ਮੁੱਦੇ ਚਿੱਤੇ ਚਿੱਤੇ ਕਰਾਉਂਦਾ ਕਰਾਉਂਦਾ ਹੀ ਖਤਮ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀ ਆਵਾਜ਼ ਚੁੱਕਦੇ ਆ ਜਿਹੜੇ ਲੋਕਾਂ ਵਾਸਤੇ ਲੜਦੇ ਆ ਲੋਕ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਕਰਾ ਅਤੇ ਮੈਂ ਅੱਜ ਰਵਨੀਤ ਬਿੱਟੂ ਜੀ ਨੂੰ ਮੁਬਾਰਕਾਂ ਦਿੰਦਾ ਬਹੁਤ ਬਹੁਤ ਜ਼ਿਆਦਾ ਭਾਈ ਹੁਣ ਲੋਕਾਂ ਦੇ ਸਾਰ ਲਿਓ ਤੁਸੀਂ ਕਿਰਾ ਬੁੱਢਾ ਨਾਲਾ ਵੀ ਸਾਫ਼ ਕਰਵਾ ਦਿਓ ਹੋਰ ਵੀ ਦੇਖਦੇ ਹਾਂ ਜਦੋਂ ਕਿਹੜੇ ਵੱਡੇ ਵੱਡੇ ਪ੍ਰੋਜੈਕਟ ਤੁਸੀਂ ਲੈ ਕੇ ਆਉਂਦੇ ਹੋ ਅਤੇ ਮੇਰਾ ਭਰਾ ਜਿਹੜਾ ਹੈਗਾ ਵਾ ਮੈਂ ਉਹਦੇ ਖਿਲਾਫ਼ 14 'ਚ 19 'ਚ ਅਤੇ 23 ਦੇ ਵਿੱਚ MP ਦੀ ਇਲੈਕਸ਼ਨ ਲੜੀ ਗਿਆ ਅਤੇ ਉਹਨੂੰ ਹਮੇਸ਼ਾ ਮੁੱਦੇ ਚਿੱਤੇ ਕਰਾਉਂਦਾ ਗਿਆ ਮੈਂ ਤਾਂ ਮੁੱਦੇ ਜਿਉਂ ਜਿਉਂ ਚਿੱਤੇ ਕਰਾਉਂਦਾ ਗਿਆ ਤਿਉਂ ਤਿਉਂ ਯਾਨੀ ਕਹਿਣ ਦਾ ਭਾਵ ਮੈਂ ਬਰਬਾਦੀ ਦੇ ਰਾਹ 'ਤੇ ਤੁਰਦਾ ਰਿਹਾ ਗਿਆ ਮੇਰਾ ਭਰਾ ਵੱਡਾ ਆਬਾਦ ਹੋ ਗਿਆ ਅਤੇ ਉਹਦਾ ਛੋਟਾ ਭਰਾ ਬਰਬਾਦ ਹੋ ਗਿਆ ਚਲੋ ਅੱਜ ਤਾਂ ਆਪਣੇ ਭਰਾ ਨੂੰ ਖੁਸ਼ ਦੇਖਦੇ ਕਿ ਖੁਸ਼ ਹੋ ਜਾਂਦੇ ਅਗਰ ਅਤੇ ਮੈਂ ਤਾਂ ਨਾ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਅਮਿਤ ਸ਼ਾਹ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਭਾਈ ਰਵਨੀਤ ਬਿੱਟੂ ਹਰ ਗਿਆ ਸੀਗਾ ਇਹਨੂੰ ਤੁਸੀਂ ਮੰਤਰੀ ਮੰਡਲ ਵਿੱਚ ਸ਼ਾਮਿਲ ਕਰ ਲਿਆ ਅਤੇ ਮੈਨੂੰ ਵੀ ਕੋਈ ਮੰਤਰੀ ਮੰਡਲ ਵਿੱਚ PA ਰੱਖ ਲਓ ਮੈਂ 13 ਸਾਲ ਲੋਕਾਂ ਦੇ ਮੁੱਦੇ ਚੁੱਕੇ ਆ ਵੀ ਮੈਨੂੰ ਵੀ ਕੁਛ ਨਾ ਕੁਛ ਬਣਾਓ ਕਰਾ ਫਰਕ ਸਾਡੇ ਵਿੱਚ ਕੋਈ ਬਾਹਲਾ ਫਰਕ ਨਹੀਂ ਹੈ ਸਾਡੇ ਵਿੱਚ ਕਰਾ ਜਿਹੜਾ ਰਵਨੀਤ ਬਿੱਟੂ ਹੈਗਾ ਵਾ ਕਰੋੜਾਂ ਰੁਪਇਆ ਲਾ ਕੇ ਹਰ ਗਿਆ ਮੈਂ ਹਜ਼ਾਰਾਂ ਲਾ ਕੇ ਹਰਿਆ ਵਾਂ ਜਿਹੜਾ ਰਵਨੀਤ ਬਿੱਟੂ ਹੈ ਉਹਦਾ ਭਰਾ ਉਹ ਯਾਨੀ ਕਹਿਣ ਦਾ ਭਾਵ ਵੀ ਹਜ਼ਾਰਾਂ ਵੋਟਾਂ ਤੋਂ ਹਰ ਗਿਆ ਅਤੇ ਮੈਂ ਲੱਖਾਂ ਵੋਟਾਂ ਤੋਂ ਹਰ ਗਿਆ ਕਰਾ ਫਰਕ ਆਹੀ ਆ ਕੋਈ ਬਾਹਲਾ ਫਰਕ ਨਹੀਂ ਆ ਕਰਾ ਮੇਰੇ ਕੋਲ ਪਾਰਟੀ ਦੀ ਸਪੋਰਟ ਨਹੀਂ ਸੀਗੀ ਕਰਾ ਤਾਂਹੀਓ ਅਸੀਂ ਪਿੱਛੇ ਰਹਿ ਗਏ ਕਰਾ ਅਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਮੋਦੀ ਅਤੇ ਅਮਿਤ ਸ਼ਾਹ ਨੂੰ ਵੀ ਵੀ ਮੈਨੂੰ ਵੀ ਕੋਈ ਨਾ ਕੋਈ PA ਪੁਆਇਆ ਵਿੱਚ ਇੱਥੇ ਕੁਛ ਨਾ ਕੁਛ ਮੰਤਰੀ ਮੰਡਲ ਵਿੱਚ ਵਸਾਇਆ ਜਾਵੇ ਕਿਉਂਕਿ ਮੈਂ ਵੀ ਲੋਕਾਂ ਵਾਸਤੇ ਲੜਨਾ ਚਾਹੁੰਦਾ ਵਾਂ ਮੇਰੀ ਵੀ ਲੋਕਾਂ ਦੀ ਲੜਨ ਦੀ ਤਮੰਨਾ ਵਾ ਬਾਹਲਾ ਨਹੀਂ ਕਹਿੰਦਾ